इस वक्त मेरे हाथ दे विच दो शहद दियां डब्बियां, इन्हां दे विचों एक नकली है ते एक असली है। केड़ी कंपनी दी असली है ते केड़ी कंपनी दी नकली है ते दी पहचान किवें होगी, मैं तुहानूं दिखाउणा सारी चीज़। आ दो शीशियां जी शहद दियां, ते पहलां तुहानूं मैं ब्रांड दिखा दा। आ तां बी ट्रीट हनी है जी, आ कोई डेढ़ अख वाला बाबा है, ये उहदी कंपनी है, मैं नां नहीं लऊंगा, कमेंटां 'च तुसीं आपे दस देना। ते तुहानूं पहलां तां रंग रुंग देख लो, ते तुहानूं मैं दिखाउणा हुण इहनां असली नकली दी पछाण। आ बई जिहड़ी हैगी है डब्बी, इहनूं मैं आ टेढ़ी करती है बई, तुसीं देख लो शहद थल्ले आ चुक्या, आ देख लो तां तो खाली हो गया। आ देख लो ये थल्ले सारा शहद आ चुक्या है। हुण तुहानूं मैं दूजा दिखाउणा है जिहड़ा आ पै डेढ़ अख वाले बाबे दा। आ देखो जी ये हुण तां तो खाली है ना, हुण मैं इहनूं ये लो जी मुद्दा करता, ये थल्ले आ ही नहीं रहा, बिल्कुल थल्ले नहीं आ रहा। तो अज हजे ठंड उन्नी भी नहीं हुई, अजे अज 15 नवंबर है जिहड़ी रिकॉर्ड कर रहे हैं। तुहानूं खास गल दिखावां, आ देख लो ला थले देख लो की है, ये लगता थोनों किसी पास शहद है। यदा रंग देख लो तो यदा रंग देख लो, फर्क देखो कि फर्क है। ये बैग थले देखो, ये सारी की है खंड घोली हुई है, मैं थोड़ा दीदी होगी खंड है सारी, उपरों शहद लगता है। तो ये डेढ़ अख वाले बाबे का चमत्कार है, मैं वह नाँ लुकोता है, एवं अपने चक्कर च नहीं है ना पैना। तो पर थोनों बई ये चीज़ का आगाह कर रहे हैं भी बई ना इन चक्करों च पाओ, है ना, भी आप ਵੱਡੀਆਂ ਕੰਪਨੀਆਂ ਦਾ ਕਿਹੜੀ ਦੇਖ ਕੇ ਖਰੀਦ ਲੈਂਦੇ ਵੀ ਯਾਰ ਇਹ ਚੰਗਾ ਹੋਊਗਾ, ਬਈ ਨਕਲੀ ਆ ਇਹ, ਅਤੇ ਅਸਲੀ ਹੈਗਾ ਆਹਾ ਵਾਲਾ ਜਿਹੜਾ ਆਪਣੇ ਰਾਮਪੁਰੇ ਫੂਲ ਤੋਂ ਹੀ ਆ ਬਾਈ ਜਗਤਾਰ। ਇਹ ਕੋਈ ਪੇਡ ਪ੍ਰਮੋਸ਼ਨ ਨਹੀਂ ਪਹਿਲਾਂ ਦੱਸਦਾ, ਪਰ ਜਿਹੜੀ ਚੀਜ਼ ਅਸਲੀ ਆ ਉਹਨੂੰ ਅਸਲੀ ਕਿਹਾ ਜਾਊਗਾ। ਹੁਣ ਇਹ ਥੱਲੇ ਆ ਨਾ ਬਈ, ਦੇਖ ਲਓ ਤੁਸੀਂ, ਅਤੇ ਜਿਵੇਂ ਹੀ ਇਹਨੂੰ ਟੇਢਾ ਕਰਾਂਗੇ ਤਾਂ ਨਾਲ ਦੀ ਨਾਲ ਟੇਢਾ ਹੁੰਦਾ, ਦੇਖ ਲਓ ਸਾਲ ਸਾਲ ਪੁਰਾਣੇ ਸ਼ਹਿਰ ਆ ਦੋਨੇ ਇਹ, ਕੋਈ ਐਂ ਨਹੀਂ ਵੀ ਇੱਕ ਮੈਂ ਹੁਣ ਲਿਆਂਦਾ ਅਤੇ ਇੱਕ ਉਹ ਹੈ। ਅਤੇ ਇਹਦਾ ਦੇਖ ਲਓ ਰੰਗ, ਰੰਗ ਦਾ ਨਹੀਂ ਇਹਦਾ ਕੋਈ ਫਰਕ ਪੈ ਰਿਹਾ, ਜਿੱਧਰ ਨੂੰ ਮਰਜ਼ੀ ਲਓ ਐਸ ਲੋਟ ਆਪਾਂ ਕਰ ਲੈਂਦੇ। ਆ ਦੇਖੋ ਪੂਰਾ ਐਂ ਪਕੜ ਰਿਹਾ ਮੈਂ ਨਾ, ਪੂਰਾ ਇਹ ਪਛਾਣ ਆ ਵੀ ਅਸਲੀ ਦੀ। ਦੇਖੋ ਹੁਣ ਤੁਹਾਡੇ ਸਾਹਮਣੇ ਆ ਚੀਜ਼ ਆ ਰਹੀ ਹੋਊਗੀ, ਜਿਵੇਂ ਜਿਵੇਂ ਮੈਂ ਹੱਥ ਟੇਢਾ ਕਰ ਰਿਹਾ ਹੈਗਾ ਉਵੇਂ ਉਵੇਂ ਇਹ ਟੇਢਾ ਹੁੰਦਾ। ਇਹ ਬਈ ਅਸਲੀ ਸ਼ਾਇਦ ਹੈ ਬਈ, ਨਕਲੀ ਦੇ ਚੱਕਰ 'ਚ ਨਾ ਪਾਓ ਅਤੇ ਅਸਲੀ ਚੀਜ਼ ਖਰੀਦੋ ਹਮੇਸ਼ਾ। ਇਹ ਬਾਈ ਬੀ ਟਰੀਟ ਕੰਪਨੀ ਹੈ ਬਈ, ਜੇ ਕਿਸੇ ਨੇ ਲੈਣਾ ਤਾਂ ਮੈਂ ਇਹਦਾ ਦਿਖਾ ਵੀ ਦਿੰਦਾ, ਹੈ ਨਾ। ਆਹ ਬਈ ਇਹਦਾ ਬਾਈ ਦਾ ਹੈਗਾ ਕੀ ਹੈ, ਬੀ ਟਰੀਟ ਨੈਚੁਰਲ ਪ੍ਰੋਡਕਟ ਪ੍ਰਾਈਵੇਟ ਲਿਮਿਟਡ, ਮੰਡੀ ਖੁਰਦ, ਜ਼ਿਲ੍ਹਾ ਬਠਿੰਡਾ, ਅਤੇ 9518008060। ਵੈਸੇ ਜਿੰਨੇ ਵੀ ਮੇਲੇ ਵਗੈਰਾ ਲੱਗਦੇ ਹੈਗੇ, ਮੇਲਿਆਂ ਦੀਆਂ ਸਟਾਲਾਂ 'ਤੇ ਹੀ ਮਿਲ ਜਾਂਦਾ, ਅਤੇ ਮੈਂ ਵੀ ਇਹਨੂੰ ਵੀ ਵਰਤ ਰਿਹਾ ਹੈਗਾ। ਅਤੇ ਆਹ ਜਿਹੜਾ ਹੈਗਾ ਸਿਰਫ ਹੀ ਮੈਂ ਰੱਖਿਆ ਹੋਇਆ ਹੈਗਾ ਵੀਡੀਓ ਬਣਾਉਣ ਖਾਤਰ, ਅਤੇ ਬਸ ਇਹ ਜੇ ਕਿਸੇ ਹੋਰ ਨੇ ਵੀਡੀਓ ਬਣਾਉਣੀ ਹੈ ਬਈ ਤਾਂ ਆ ਕੇ ਬਣਾ ਲਿਓ, ਅਤੇ ਨਹੀਂ ਫਿਰ ਆਪਾਂ ਸਿੱਟ ਦਿੰਦੇ ਹਾਂ। ਆਹ ਦੇਖ ਲਓ ਬਈ, ਆਹ ਦੇਖ ਲਓ ਉੱਪਰੋਂ ਰੰਗ ਕਿਹੋ ਜਿਹਾ ਅਤੇ ਥੱਲੇ ਆਹ ਜਿਹੜੀ ਖੰਡ ਜੰਮੀ ਹੋਈ ਹੈ। ਬਈ ਬਾਈਕਾਟ ਕਰੋ ਇਹੋ ਜਿਹੇ ਲੰਡੂ ਬਾਬਿਆਂ ਦਾ, ਇਹੋ ਜਿਹੀਆਂ ਲੰਡੂ ਕੰਪਨੀਆਂ ਦਾ, ਜਿਹੜੇ ਕਿ ਆਪਾਂ ਨੂੰ ਜਾਲੀ ਚੀਜ਼ਾਂ ਬਣਾ ਕੇ ਵੇਚਦੇ ਆ। ਬਈ ਬਿਲਕੁਲ ਬਾਈਕਾਟ ਕਰੋ ਯਾਰ ਇਹਨਾਂ ਦਾ, ਆਪਣੀ ਸਿਹਤ ਨਾਲ ਖਿਲਵਾੜ ਕਰਦੇ ਆ, ਆਪਣੇ ਪੈਸਿਆਂ ਨਾਲ ਵੀ ਖਿਲਵਾੜ ਕਰਦੇ ਆ। ਆਹ ਦੇਖ ਲਓ ਕੀ ਗੰਦ ਆਪਾਂ ਨੂੰ ਦੇਈ ਜਾਂਦੇ ਖੰਡ ਘੋਲ ਘੋਲ ਕੇ। ਅਤੇ ਬਈ ਸਹੀ ਚੀਜ਼ ਵਰਤੋ, ਜ਼ਰੂਰੀ ਨਹੀਂ ਹੁੰਦਾ ਵੀ ਕੋਈ ਕੰਪਨੀ ਵੱਡੀ ਆ ਤਾਂ ਉਹੀ ਸਹੀ ਚੀਜ਼ ਦੇਊਗੀ, ਆਪਣੇ ਬੰਦੇ ਵੀ ਜਦੋਂ ਆਪਾਂ ਨੂੰ ਸਹੀ ਚੀਜ਼ ਦੇ ਰਹੇ ਆ ਤਾਂ ਬਈ ਆਪਾਂ ਇਹੀ ਵਰਤਾਂਗੇ। ਅਤੇ ਆਹ ਜਿਹੜਾ ਹੈਗਾ ਸ਼ਹਿਦ ਸ਼ੂਦ ਨਕਲੀ ਆ ਜਿਹੜਾ, ਇਹ ਬਈ ਆਪਾਂ ਸਿੱਟ ਦਿੰਦੇ ਹਾਂ, ਕਰਾਉਣਾ ਕੀ ਹੈ ਤੂੰ।